ਯੂਕੇ ਦੇ ਵਿੱਚ ਜਿਹੜਾ ਕੋਈ ਐਪਲੀਕੈਂਟ ਜੈਨੂਨ ਐਕਸਪੀਰੀਅੰਸ ਦਾ ਮਾਲਕ ਹੈ ਕੋਈ ਕੰਸਟਰਕਸ਼ਨ ਦਾ ਐਕਸਪੀਰੀਅੰਸ ਆ ਆਈਟੀ ਦਾ ਐਕਸਪੀਰੀਅੰਸ ਆ ਹਸਪੀਟਲ ਜੀ ਦਾ ਐਕਸਪੀਰੀਅੰਸ ਆ ਕੋਈ ਕਾਰਪੈਂਟਰ ਆ ਕੋਈ ਵੀ ਜੈਨੂਨ ਤੁਹਾਡੇ ਕੋਲ ਐਕਸਪੀਰੀਅੰਸ ਆ ਮੈਂ ਤੁਹਾਨੂੰ 3 ਤੋਂ 5 ਸਾਲ ਦਾ ਵਰਕ ਪਰਮਿਟ ਲਵਾ ਕੇ ਦਿੰਦਾ ਯੂਕੇ ਚ ਇਸ ਤੋਂ ਬਹੁਤ ਜ਼ਿਆਦਾ ਅੱਗੇ ਸਖਤਾਈ ਹੋਣ ਵਾਲੀ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਚਾਨ ਰਾਹੀ ਆਰਐਸ ਗਲੋਬਲ ਮੀਗ੍ਰੇਸ਼ਨ ਦੇ ਇਸ YouTube ਚੈਨਲ ਦੇ ਮਾਧਿਅਮ ਰਾਹੀਂ ਅੱਜ ਕੁਝ ਕੋੜੀਆਂ ਗੱਲਾਂ ਕਰਾਂਗੇ UK ਦੇ ਵਰਕ ਪਰਮਿਟਸ ਬਾਰੇ ਸੋ ਕੰਡੀ ਤੁਹਾਨੂੰ ਰਿਕਵੈਸਟ ਹੈ ਕੇਵਲ ਉਹੀ ਲੋਕ ਕੇ ਵੀਡੀਓ ਦੇਖਣ ਜੋ ਜਿਗਰਾ ਸੱਚ ਸੁਣਨ ਲਈ ਆਦੀ ਹੋ ਅਗਰ ਵਾਕਿਆ ਦਿਲ ਦਿਮਾਗ ਚ ਸੱਚ ਸੁਣਨ ਦਾ ਜਿਗਰਾ ਹੈਗਾ ਕੇ ਮੈਂ ਸੱਚ ਸੁਣਨਾ ਚਾਹੁੰਦਾ ਤੇ ਫਿਰ ਜ਼ੂਰ ਵੀਡੀਓ ਵੇਖੋ ਤੇ ਜੇ ਝੂਠ ਦੀ ਦੁਨੀਆ ਚ ਜਾਂ ਹਵਾ ਚ ਜੀਣਾ ਚਾਹੁੰਦੇ ਤੇ ਫਿਰ ਵੀਡੀਓ ਤੁਹਾਡੇ ਲਈ ਨਹੀਂ ਆ ਸੋ ਥੈਂਕ ਯੂ ਫॉर ਵਾਚਿੰਗ ਥਿਸ ਵੀਡੀਓ ਜੇ ਪੂਰੀ ਦੇਖੋਗੇ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਆਪਦੇ ਸੁਝਾਅ ਕਮੈਂਟ ਰੂਮ ਵਿੱਚ ਸ਼ੇਅਰ ਕਰ ਦਿਓ ਕਿਉਂਕਿ ਮੇਰੀ ਹਮੇਸ਼ਾ ਕੋਸ਼ਿਸ਼ ਲਗਭਗ ਜਨਵਰੀ ਸਾਲ ਤੋਂ ਵੀਡੀਓ ਲਗਭਗ 5-7 ਸਾਲ ਤੋਂ ਹੋ ਗਏ ਇਸ ਚੈਨਲ ਤੇ ਵੀਡੀਓਜ਼ ਪਾਉਂਦੇ ਨੂੰ ਲਗ ਲਗ ਨਿਊਜ਼ ਚੈਨਲ ਤੇ ਸ਼ੋਅਜ਼ ਕਰਦੇ ਨੂੰ ਹਮੇਸ਼ਾ ਸੱਚੀ ਗੱਲ ਕੀਤੀ ਜਾਂਦੀ ਔਰ ਕਈ ਲੋਕ ਉਸ ਗੱਲ ਨੂੰ ਆ ਕੇ ਬੁਰਾ ਵੀ ਮਨਾਉਂਦੇ ਕਿ ਬਹੁਤ ਜ਼ਿਆਦਾ ਮਤਲਬ ਰਾਹੀ ਕੱਬਾ ਬੋਲਦਾ ਜਾਂ ਕੋੜਾ ਬੋਲਦਾ ਪਰ ਮੈਂ ਕੀ ਕਰਾਂ ਸੱਚ ਹਮੇਸ਼ਾ ਕੋੜਾ ਲੱਗਦਾ ਲੋਕਾਂ ਨੂੰ ਯਾਰ ਜਿਹੜੇ ਲੋਕ ਸੁਣ ਕੇ ਆਪਣੀ ਜ਼ਿੰਦਗੀ ਚ ਸਹੀ ਤਰੀਕੇ ਇੰਪਲੀਮੈਂਟ ਕਰ ਲੈਂਦੇ ਆ ਪੈਸਾ ਜ਼ਿੰਦਗੀ ਆਪਣੀ ਖਰਾਬ ਹੋਣ ਤੋਂ ਬਚਾ ਲੈਂਦੇ ਆ ਜਿਨਾਂ ਨੂੰ ਗੱਲਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਆਉਂਦਾ ਫਿਰ ਉਹ ਖਰਾਬ ਕਰਕੇ ਫਿਰ ਬਾਅਦ ਚ ਨੀਸੀਤ ਲੈਂਦੇ ਯਾਰ ਕਾਸ਼ ਉਦੋਂ ਗੱਲ ਪਹਿਲਾਂ ਮੰਨੀ ਹੁੰਦੀ ਸੋ ਦੋਸਤੋ ਗੱਲ ਇਹ ਹੈ ਕਿ ਆਪਾਂ ਨਾ ਪੰਜਾਬੀ ਲੋਕ ਸਪੈਸ਼ਲੀ ਮਤਲਬ ਬੜੇ ਦਿਲਦਾਰ ਕੌਮ ਮੰਨੀ ਜਾਂਦੀ ਹੈ ਬਟ ਭੇੜਚਾਲ ਵਿੱਚ ਵਿਸ਼ਵਾਸ ਬਹੁਤ ਰੱਖਦੇ ਆ ਭੇਡਚੜ੍ਹ ਵਿਸ਼ਵਾਸਤਾ ਕਹ ਰਹੇ ਕਿ ਕਿ ਪਿਛਲੇ ਲਗਭਗ 4-5 ਮਹੀਨਿਆਂ ਤੋਂ 6 ਮਹੀਨੇ ਕਾ ਤੋਂ ਯੂਕੇ ਦੇ ਵਰਕ ਪਰਮਿਟ ਦੀ ਹਨੇਰੀ ਆ ਗਈ ਪੂਰੇ ਪੰਜਾਬ ਦੇ ਵਿੱਚ ਇਨਕੁਆਇਰੀਜ਼ ਦੀ ਵਿਸ਼ਵਾਸ ਕਰੋ ਦਫਤਰ 'ਚ ਬੈਠਦਾ ਕਲਾਇੰਟਸ ਨੂੰ ਮਿਲਦਾ ਜਿਹੜੇ ਬੱਚੇ 2022 'ਚ ਪੜੇ ਨੇ 23 'ਚ ਪੜੇ ਨੇ ਰੀਸੈਂਟ ਪਾਸ ਆਊਟ ਸਟੂਡੈਂਟਸ ਆ ਜਿਹੜੇ ਸਟੱਡੀ ਵੀਜ਼ੇ ਲਈ ਐਲੀਜੀਬਲ ਆ ਉਹ ਵੀ ਯੂਕੇ ਵਰਕ ਪਰਮਿਟ ਦੀ ਗੱਲ ਕਰਦੇ ਆ ਅੱਜ ਹੀ ਜਲੰਧਰ 'ਚ ਦਫਤਰ 'ਤੇ ਬੱਚਾ ਆਇਆ 2022 'ਚ 12ਵੀਂ ਕੀਤੀ ਯੂਕੇ ਵੀ ਇਹ ਬੱਚੇ ਨੇ ਕੀਤਾ 5.5 ਦੇ ਬੈਂਡ ਤੇ ਕਹਿੰਦਾ ਸਰ ਯੂਕੇ ਦਾ ਵਰਕ ਪਰਮਿਟ ਅਪਲਾਈ ਕਰਨਾ ਮੈਂ ਕਹਾਂ ਭਾਜੀ ਮੇਰੇ ਛੋਟੇ ਵੀਰ ਤੁਹਾਨੂੰ ਇੰਨਾ ਪਤਾ ਵਰਕ ਪਰਮਿਟ ਦੀ ਪੰਜਾਬੀ ਚ ਜਾਂ ਉਹਨੂੰ ਡੈਫੀਨੇਸ਼ਨ ਕੀ ਹੈ ਕਿਹੜਾ ਵੀਜ਼ਾ ਹੁੰਦਾ ਕਹਿੰਦਾ ਜੀ ਕੰਮ ਕਰਨ ਲਈ ਵੀਜ਼ਾ ਮੈਂ ਪੁੱਛਿਆ ਮੈਂ ਕਹਾਂ ਕੰਮ ਕਰਨ ਲਈ ਫਿਰ ਕੋਈ ਨਾ ਕੋਈ ਤਜਰਬਾ ਤਾਂ ਚਾਹੀਦਾ ਹੋਏਗਾ ਸਿੱਧਰ ਜਾ ਕੇ ਤੁਸੀਂ ਕੰਮ ਨਹੀਂ ਕਰ ਪਾਉਂਗੇ ਕੋਈ ਐਕਸਪੀਰੀਅੰਸ ਕਹਿੰਦੇ ਹਾਂ ਜੀ ਬੜੀ ਚਾਹੀਦਾ ਹੁੰਦਾ ਮੈਂ ਕਹਿੰਦੇ ਵੀ ਤੁਹਾਨੂੰ ਕੀ ਐਕਸਪੀਰੀਅੰਸ ਆ ਕਹਿੰਦਾ ਕੋਈ ਨਹੀਂ ਜੀ ਮੈਂ ਤਾਂ ਆਲਟਸ ਕੀਤੀ ਸੀ ਇੱਕ ਵਾਰ ਪਹਿਲਾਂ ਕੈਨੇਡਾ ਅਪਲਾਈ ਕੀਤਾ ਸਾਡੇ ਮੈਂ ਬੈਂਡ ਤੇ ਰਿਫਿਊਜ਼ ਆ ਗਿਆ ਹੁਣ ਮੈਂ ਯੂ ਤੇ ਮੈਨੂੰ ਕੇਅਰ ਹੋਮ ਦੇ ਵਿੱਚ ਕਾਸਟ ਦਵਾ ਦਿਓ ਵੀਜ਼ਾ ਦਵਾ ਦਿਓ ਮੈਂ ਕਹਾ ਕੇਅਰ ਹੋਮ ਦਾ ਮਤਲਬ ਕਿ ਤੁਸੀਂ ਜਾ ਉੱਥੇ ਬਜ਼ੁਰਗਾਂ ਦੀ ਸੰਭਾਲ ਕਰ ਸਕਦੇ ਹੋ ਕਿੰਦੇ ਬਾਜੀ ਕੋਈ ਨਹੀਂ ਉੱਥੇ ਜਾ ਕੇ ਸਿੱਖ ਲਾਂਗੇ ਮਤਲਬ ਗੱਲ ਇਹ ਕਿ ਪ੍ਰੋਫਾਈਲ ਐਲੀਜੀਬਲ ਨਹੀਂ ਹੈ ਬਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅੱਜ 4 ਏਜੰਟਾਂ ਦੇ ਫੋਨ ਆਏ ਮੈਨੂੰ ਹੁਣ ਨਾਮ ਨਹੀਂ ਲੈਣਾ ਉਹਨਾਂ ਦਾ ਚਾਰਾਂ ਨੂੰ ਇਸ ਸਮੇਂ ਹੱਥ ਪੈਰਾਂ ਦੀ ਪਈ ਬੱਚਿਆਂ ਨੂੰ 10-10 ਸਾਲ ਦੇ ਬੈਂ ਲੱਗਣ ਨੂੰ ਤਿਆਰ ਹੋ ਗਏ ਉਹਨਾਂ ਦੇ ਐਕਸਪੀਰੀਅੰਸ ਬਣਾਏ ਐ ਐਮਬੈਸੀ ਨੇ ਫੜੇ ਐ ਕਿ ਵੈਰੀਫਾਈ ਕਰੋ ਅਗਲੇ 22 ਦਿਨ ਦੇ ਵਿੱਚ ਕਿਥੋਂ ਵੈਰੀਫਾਈ ਹੋਣਗੇ ਜਿੱਥੇ ਕੰਮ ਹੀ ਨਹੀਂ ਕਿਸੇ ਨੇ ਕੀਤਾ ਇੱਕ 12ਵੀਂ ਪਾਸ ਬੱਚਾ ਜਿਨੇ 2022 ਚ 12ਵੀਂ ਕੀਤੀ ਆ ਉਹਦਾ ਡਿਪਲੋਮਾ ਬਣਾ ਕੇ ਨੈਨੀ ਦਾ ਐਕਸਪੀਰੀਅੰਸ ਬਣਾ ਕੇ ਫੇਕ ਤੁਸੀਂ ਲਾਪਤਾ ਐਮਬੈਸੀ ਚ ਵਰਕ ਪਰਮਿਟ ਦੇ ਨਾਂ ਤੇ ਉਹ ਕੁਛ ਤਾਂ ਕੁਛ ਮੜਾ ਮੋਟਾ ਮਤਲਬ ਵੇਖੋ ਯਾਰ ਆਪਾਂ ਕੀ ਕਰਨ ਦੇ ਆਟੇ ਚ ਲੂਣ ਪਾ ਲੋ ਲੂਣ ਚ ਆਟਾ ਪਾਈ ਜਾਂਦੇ ਆ ਠੀਕ ਆ ਤੁਸੀਂ ਗ੍ਰੈਜੂਏਸ਼ਨ ਕੀਤੀ ਆ ਤੁਹਾਡੇ ਕੋਲ ਸਾਮ ਸੰਭਾਲ ਦਾ ਕੇਅਰ ਹੁੰਦਾ ਕੋਈ ਐਕਸਪੀਰੀਅੰਸ ਆ ਤੁਸੀਂ ਜੰਮ ਜੰਮ ਵਰਕ ਪਰਮਿਟ ਅਪਲਾਈ ਕਰੋ ਔਰ ਮੈਂ बार-बार ਅਕਤੂਬਰ ਤੋਂ ਮੈਂ ਦਿਵਾਲੀ ਤੋਂ ਪਹਿਲਾਂ ਅਨਾਉਂਸ ਕਰਨਾ ਸ਼ੁਰੂ ਕਰਤਾ ਸੀ ਬਦਲਾਅ ਹੋਣਗੇ ਬਦਲਾਅ ਹੋਣਗੇ ਉਹੀ ਹੋਇਆ ਨਾ 4 ਦਸੰਬਰ ਨੂੰ ਹੁਣ ਕੇਰੋਮ ਵਾਲੇ ਆਪਣੇ ਸਪਾਊਸ ਨਾਲ ਨਹੀਂ ਲੈ ਕੇ ਜਾ ਸਕਦੇ ਜਨਵਰੀ ਤੋਂ ਬਾਅਦ ਸੋ ਦੋਸਤੋ ਅਗਰ ਤੁਹਾਡੇ ਕੋਲ ਜੈਨੂਇਨ ਐਕਸਪੀਰੀਅੰਸ ਹੈ ਮੈਂ ਫਿਰ ਉਪਰਲੀ ਕਹਿੰਦਾ ਆਰਐਸ ਗੋਬਲ ਦੇ ਕੋਲ ਮਿਨਿਸਟਰੀ ਆਫ ਅੰਟਰਨੈਸ਼ਨਲ ਅਫੇਅਰ ਦਾ ਵਰਕ ਪਰਮਿਟ ਨੂੰ ਤੁਹਾਨੂੰ ਸਲਾਹ ਦੇ ਅੰਦਰ ਲਾਇਸੈਂਸ ਆ ਸਾਡੇ ਕੋਲ ਅਸੀਂ ਜੈਨੂਇਨ ਸਲਾਹ ਦਿੰਨੇ ਆ ਤੁਹਾਡੇ ਕੋਲ ਕੇਅਰ ਹੋਮ ਦਾ ਕੋਈ ਐਕਸਪੀਰੀਅੰਸ ਹੈ ਤੁਸੀਂ ਨਰਸਿੰਗ ਬੈਕਗ੍ਰਾਉਂਡ ਤੋਂ ਕੋਈ ਹਸਪੀਟਲ 'ਚ ਕੰਮ ਕੀਤਾ ਜੇ ਨਹੀਂ ਹੋਸਪੀਟਲ 'ਚ ਕੰਮ ਕੀਤਾ ਤੁਹਾਡੇ ਕੋਲ 6 ਮਹੀਨੇ ਸਾਲ ਦਾ ਕਿਸੇ ਕੇਅਰ ਹੋਮ 'ਚ ਕੰਮ ਕੀਤੇ ਦਾ ਐਕਸਪੀਰੀਅੰਸ ਹੈ ਤੁਸੀਂ ਕੋਈ ਨਾਇਣ ਦਾ ਡਿਪਲੋਮਾ ਕੀਤਾ ਤੁਸੀਂ ਬੇਸ਼ੱਕ ਆਪ ਦੇ ਸਪਾਊਸ ਆਪ ਦੇ ਪਰਿਵਾਰ ਨਾਲ ਅੱਜ ਵੀ ਯੂਕੇ ਵਰਕ ਪਰਮਿਟ ਤੇ ਜਾ ਸਕਦੇ ਹੋ ਔਰ ਕੱਲਾ ਕੇਅਰ ਹੋਮ ਵਾਲੇ ਦੁਆਲੇ ਨਾਲ ਉਹ ਬਾਕੀ ਵੀ ਹੋਰ ਸੈਕਟਰ ਨੇ ਇਨਫੋਰਮੇਸ਼ਨ ਟੈਕਨੋਲੋਜੀ ਆਈਟੀ ਸੈਕਟਰ ਵਿੱਚ ਬੰਦੇ ਚਾਹੀਦੇ ਉਹਨਾਂ ਨੂੰ ਜਿੰਨੇ ਬੀਟਾ ਕੀਤੀ ਬੀਸੀਏ ਐਮਸੀ ਕੀਤੀ ਹੈ ਵੈਬ ਡਿਵੈਲਪਮੈਂਟ ਦਾ ਕੋਰ ਕੋਲ ਐਕਸਪੀਰੀਅੰਸ ਹੈ ਕਲਾਉਡ ਕੰਪਿਊਟਰਿੰਗ ਦਾ ਐਕਸਪੀਰੀਅੰਸ ਹੈ ਕੋਈ ਵੀ ਆਈਟੀ ਦਾ ਐਕਸਪੀਰੀਅੰਸ ਹੈ ਜਿਸ ਬੰਦੇ ਦੇ ਕੋਲ ਉਹ ਉਥੇ ਕੰਮ ਕਰਨ ਜਾ ਸਕਦਾ ਤਿੰਨ ਤੋਂ ਪੰਜ ਸਾਲ ਦਾ ਵਰਕ ਵੀਜ਼ਾ ਲੈ ਕੇ ਧੜੇ ਕੋਲ ਕੰਸਟਰਕਸ਼ਨ ਦਾ ਸਾਲ ਦੋ ਸਾਲ ਦਾ ਐਕਸਪੀਰੀਅੰਸ ਹੈ ਕੰਸਟਰਕਸ਼ਨ ਦੇ ਵਿੱਚ ਕਾਮੇ ਚਾਹੀਦੇ ਉਹਨਾਂ ਨੂੰ ਸਕਿਲਡ ਬੰਦੇ ਚਾਹੀਦੇ ਆ ਤਿੰਨ ਤੋਂ ਪੰਜ ਸਾਲ ਦਾ ਵੀਜ਼ਾ ਉਹ ਚ ਵੀ ਮਿਲਦਾ ਧੜੇ ਕੋਲ ਹਸਪੀਟਲਿਟੀ ਦਾ ਕੋਈ ਐਕਸਪੀਰੀਅੰਸ ਹੈ ਕੋਈ ਰੈਸਟੋਰੈਂਟ ਤੁਸੀਂ ਕੰਮ ਕੀਤਾ ਕਿਸੇ ਹੋਟਲ ਇੰਡਸਟਰੀ ਚ ਕੰਮ ਕੀਤਾ ਤੜਕ ਕੋਲ ਉਸ ਚੀਜ਼ ਦੇ ਐਕਸਪੀਰੀਅੰਸ ਦੇ ਬੇਸ ਤੇ 3 ਤੋਂ 5 ਸਾਲ ਦਾ ਕੋਰਸ ਲੈ ਕੇ ਵੀਜ਼ਾ ਲੈ ਕੇ ਜਾਇਆ ਜਾ ਸਕਦਾ ਹੈ ਔਰ ਯੂਕੇ ਚ 5 ਸਾਲ ਬਾਅਦ ਤੁਸੀਂ ਆਪਦੀ ਪੀਆਰ ਵੀ ਅਪਲਾਈ ਕਰ ਸਕਦੇ ਹੋ ਪਰ ਕੇਵਲ ਜੈਨੂਨ ਸਟੂਡੈਂਟ ਜੈਨੂਨ ਐਪਲੀਕੈਂਟ ਨਹੀਂ ਮਿਲਦੇ ਇਹ ਸਮੱਸਿਆ ਪੰਜਾਬ ਦੇ ਵਿੱਚ ਆ ਭਾਜੀ ਆ ਬਣਵਾ ਲਓ ਭਾਜੀ ਇਦਾਂ ਕਰਾ ਲਓ ਡਿਪਲੋਮਾ ਬਣਵਾ ਲਓ ਐਕਸਪੀਰੀਅੰਸ ਬਣਾ ਲਓ ਇਦਾਂ ਤੇ ਲੋਕਾਂ ਕਰਕੇ ਤਾਂ ਸਿਸਟਮ ਅਬਿਊਜ਼ ਹੁੰਦਾ ਫਿਰ ਆਪਾਂ ਕਿੰਨੇ ਦੀ ਪੰਜਾਬ ਦੇ ਲੋਕਾਂ ਨੂੰ ਵੀਜ਼ੇ ਨਹੀਂ ਦਿੰਦਾ ਯੂਕੇ ਫਿਰ ਆਪਾਂ ਕਿੰਨੇ ਦੀ ਪੰਜਾਬ ਦੇ ਲੋਕਾਂ ਲਈ ਆਸਟ੍ਰੇਲੀਆ ਨੇ ਵੀਜ਼ੇ ਬੰਦ ਕਰ ਦਿੱਤੇ ਬੰਦ ਦੀ ਕਰੋਨ ਦੀ ਤਦਾਦ ਤੱਕ ਮੇਰੇ ਵਰਗੇ ਏਜੰਟ ਵੀ ਉਹ ਤੁਹਾਡੇ ਵਰਗੇ ਲੋਕ ਬੱਚੇ ਉਹਨਾਂ ਨੇ ਮਾਪਿਓ ਵੀ ਰੱਬ ਦਾ ਵਾਸਤਾ ਜੈਨੂ ਲੋਕ ਪਥਰੇ ਬੈਠੇ ਨੇ ਯੂਕੇ ਚ ਜੈਨੂ ਬੰਦੇ ਚਦੇ ਅੱਜ ਵੀ ਉੱਥੇ ਆਈਐਚਐਸ ਕਹਿੰਦਾ ਸਾਡੇ ਕੋਲ ਅੱਜ ਵੀ ਘੱਟੋ ਘੱਟ 60000 ਤੋਂ ਉੱਪਰ ਸਾਡੇ ਕੋਲ ਕੇਅਰ ਹੋਮ ਵਰਕਰ ਚਾਹੀਦੇ ਨੇ ਤੇ ਬੰਦਾ 1.5 ਲੱਖ ਯੂਕੇ ਪਹੁੰਚ ਚੁੱਕਿਆ ਡਾਟਾ ਚੈੱਕ ਕਰਕੇ ਵੇਖੋ ਸੋ ਯੂਕੇ ਦੇ ਵਿੱਚ ਜਿਹੜਾ ਕੋਈ ਐਪਲੀਕੈਂਟ ਜੈਨੂਨ ਐਕਸਪੀਰੀਅੰਸ ਦਾ ਮਾਲਕ ਹੈ ਕੋਈ ਕੰਸਟਰਕਸ਼ਨ ਦਾ ਐਕਸਪੀਰੀਅੰਸ ਆ ਆਈਟੀ ਦਾ ਐਕਸਪੀਰੀਅੰਸ ਆ ਹਸਪੀਟਲਿਟੀ ਦਾ ਐਕਸਪੀਰੀਅੰਸ ਆ ਕੋਈ ਕਾਰਪੈਂਟਰ ਆ ਕੋਈ ਵੀ ਜੈਨੂਨ ਤੁਹਾਡੇ ਕੋਲ ਐਕਸਪੀਰੀਅੰਸ ਆ ਮੈਂ ਤੁਹਾਨੂੰ 3 ਤੋਂ 5 ਸਾਲ ਦਾ ਵਰਕ ਪਰਮਿਟ ਲਵਾ ਕੇ ਦਊਗਾ ਤੁਹਾਡੇ ਕੋਲ ਮੈਡੀਕਲ ਦਾ ਐਕਸਪੀਰੀਅੰਸ ਆ ਤੁਹਾਡੇ ਕੋਲ ਨਰਸਿੰਗ ਦਾ ਐਕਸਪੀਰੀਅੰਸ ਆ ਤੁਹਾਡੇ ਕੋਲ ਮੈਡੀਕਲ ਦੀ ਪੜ੍ਹਾਈ ਆ ਤੁਹਾਡੇ ਕੋਲ ਕੇਅਰ ਹੋਮ ਦਾ ਐਕਸਪੀਰੀਅੰਸ ਆ ਕੇਅਰ ਹੋਮ ਵਿੱਚ ਮੈਂ ਤੁਹਾਨੂੰ ਵੀਜ਼ਾ ਲਵਾ ਕੇ ਦਊਗਾ ਔਰ ਜੈਨੂਨ 엠ਪਲੋયર ਨੇ ਜਿਨ੍ਹਾਂ ਨੂੰ ਜੈਨੂ ਬੰਦੇ ਚਾਹੀਦੇ ਆ ਜੋਬ ਵੀ ਨਾ ਮਿਲੂਗੀ ਤੁਹਾਨੂੰ ਲੋਕ ਕਹਿੰਦੇ ਨੇ ਸਿਰਫ ਥੋੜਾ ਜਿਹਾ ਸੋਚ ਸਮਝ ਕੇ ਰਿਸਰਚ ਕਰਕੇ ਆਪਣੀ ਅਪਲੀਕੇਸ਼ਨ ਦਰਜ ਕਰੋ ਯੂਕੇ ਚ ਇਸ ਟਾਈਮ ਬਹੁਤ ਜ਼ਿਆਦਾ ਅੱਗੇ ਸਖਤਾਈ ਹੋਣ ਵਾਲੀ ਆ ਯੂਕੇ ਵਿੱਚ ਕੇਅਰ ਹੋਣ ਲਈ ਡਿਪੈਂਡੈਂਟ ਸਾਰੇ ਬੰਦ ਹੋਣ ਵਾਲੇ ਨੇ ਇਸ ਕਰਕੇ ਆਪਣਾ ਪੈਸਾ ਆਪਦਾ ਸਮਾਂ ਆਪਦਾ ਫਿਊਚਰ ਖਰਾਬ ਕਰਨ ਲਈ ਨਹੀਂ ਰੱਖਿਆ ਸਹੀ ਤਰੀਕੇ ਸਹੀ ਸਮੇਂ ਦਾ ਇਸਤੇਮਾਲ ਕਰੋ ਸਹੀ ਥਾਂ ਤੇ ਦਿਮਾਗ ਦਾ ਆਪਣਾ ਦੀ ਵਰਤੋਂ ਕਰੋ ਤਾਂ ਕਿ ਆਪਣੇ ਭਵਿੱਖ ਨੂੰ ਆਪਣੇ ਪੈਸੇ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ ਮੈਂ ਇਸ ਚੈਨਲ ਤੇ ਘਟੋ ਘਟ ਹਰ ਇੱਕ ਹਫਤੇ ਇੱਕ ਦੀ ਵੀਡੀਓ ਜਰੂਰ ਪੋਣਾ ਤੁਹਾਡੇ ਨਾਲ ਕਿ ਇੱਕ ਦੀ ਐਗਜ਼ਾਮਪਲ ਜੂਰ ਸਾਂਝੀ ਕਰਦਾ ਹਾਂ ਤੁਹਾਡੇ ਨਾਲ ਚੰਗੀ ਲੱਗਦੀ ਤਾਂ ਸ਼ੇਅਰ ਕਰ ਦਿਓ ਵੀਡੀਓ ਆਪ ਦੇ ਸੁਝਾਅ ਜੂਰ ਦੇ ਦਿਓ ਜੇ ਤੁਹਾਡੇ ਨਾਲ ਕੋਈ ਤੱਕਾ ਹੋਇਆ ਹੈ ਜੇ ਤੁਹਾਡੇ ਨਾਲ ਵੀ ਕੋਈ ਬੈਡ ਐਕਸਪੀਰੀਅੰਸ ਹੋਇਆ ਤਾਂ ਜੂਰ ਕਮੈਂਟ ਰੂਪ ਸ਼ੇਅਰ ਕਰਿਓ ਤਾਂ ਕਿ ਮੈਂ ਤੁਹਾਡੀ ਸਟੋਰੀ ਵੀ ਲੋਕਾਂ ਤੱਕ ਪਹੁੰਚਾ ਸਕਾਂ ਯੂਕੇ ਵਰਪਨ ਬਾਰੇ ਕੋਈ ਹੋਰ ਸੁਝਾਅ ਚਾਹੁੰਦੇ ਹੋ ਕਮੈਂਟ ਰੂਪ ਚ ਆਪਣਾ ਸਵਾਲ ਲਿਖ ਦਿਓ ਮੈਂ ਔਰ ਮੇਰੀ ਟੀਮ ਉਸ ਕਮੈਂਟ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਮੋਹਾਲੀ ਬਠਿੰਡਾ ਜਲੰਧਰ ਅੰਮ੍ਰਿਤਸਰ ਤੁਹਾਡੇ ਲਈ ਖੋਲੇ ਗਏ ਤੁਹਾਡੇ ਲਈ ਦਫਤਰ ਆ ਉੱਥੇ ਇੱਕ ਐਕਸਪਰਟ ਟੀਮ ਬੈਠੀ ਮੇਰੀ ਕਾਉਂਸਲਰਸ ਬੈਠੇ ਨੇ ਵੀਜ਼ਾ ਆਫੀਸਰ ਮੈਨੇਜਰਸ ਬੈਠੇ ਨੇ ਜੋ ਤੁਹਾਨੂੰ ਪ੍ਰੋਪਰਲੀ ਗਾਈਡ ਕਰਨ ਲਈ ਤਿਆਰ ਆ ਸਾਡੀ ਕੰਪਨੀ ਦਾ ਇੱਕੋ ਇੱਕ ਮਕਸਦ ਆ ਜੈਨੂਨ ਸਲਾਹ ਦੇਣੀ ਨਹੀਂ 100 ਕੇਸ ਅਜਿਹੇ ਮਹੀਨੇ ਦੇ 10 ਕੇਸ ਖੋਲਾਂਗੇ ਪਰ ਜੈਨੂਨ ਕੇਸ ਕਰਾਂਗੇ ਤਾਂ ਕਿ ਬੱਚੇ ਨਾਲ ਉਹਦੇ ਭੂਇਖ ਨਾਲ ਖਿਲਵਾੜ ਨਾ ਹੋ ਸਕੇ ਬਹੁਤ ਇਹਨਾਂ ਸਾਡੀ ਪ੍ਰੈਕਟਿਸ ਪਸੰਦ ਨਹੀਂ ਵੀ ਹੁੰਦੀ ਖੈਰ ਉਹਨਾਂ ਦੀ ਆਪਣੀ ਕਿਸਮਤ ਉਹਨਾਂ ਦੀ ਆਪਣੀ ਸੋਚ ਆ ਬਟ ਸਾਡਾ ਮਕਸਦ ਕੇਵਲ ਓ ਕੇਵਲ ਸੱਚ ਦਾ ਹੁੰ ਗੱਲਾਂ ਚੰਗੀਆਂ ਲੱਗਦੀਆਂ ਸ਼ਾਬਾਸ਼ੀ ਜੂੜ ਦੇ ਦਿਓ ਨਵੇਂ ਵੀਡੀਓ ਲੈ ਕੇ ਨਵੇਂ ਟੌਪਿਕ ਤੇ ਨਵੇਂ ਅਪਡੇਟ ਫੇਰ ਤੁਹਾਨੂੰ ਸਾਂਝੇ ਕਰਾਂਗੇ ਤਦ ਤੱਕ ਜੂnde ਵਾਸਤੇ ਰੱਬ ਰੱਖਾ ਸਤਿ ਸ਼੍ਰੀ ਅਕਾਲ